ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਮੰਥਨ ਕੀਤਾ ਕਿ ਕੀ ਬਣਿਆ ਹਾਰ ਦਾ ਕਾਰਨ ਕੀ ਹਾਲਾਤ ਨੇ ਤੇ ਕੀ ਅੱਗੇ ਪਾਰਟੀ ਨੂੰ ਕਰਨਾ ਚਾਹੀਦਾ ਸਾਡੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਚੰਦੂ ਮਾਇਰਾ ਸਾਹਿਬ ਮੰਥਨ ਹੋਇਆ ਕਹਿੰਦੇ ਮੰਥਨ ਤੋਂ ਪਹਿਲਾਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਸੀ ਪ੍ਰਧਾਨਗੀ ਨੂੰ ਲੈ ਕੇ ਵੀ ਸਵਾਲ ਚੁੱਕਣ ਦੀ ਗੱਲ ਹੋ ਰਹੀ ਸੀ ਇੱਕ ਚਰਜੀ ਬਰਾੜ ਦੀ ਚਿੱਠੀ ਆ ਜਾਂਦੀ ਹੈ ਪਰ ਕਿਹਨ ਦੇ ਜਦੋਂ ਤੁਹਾਡੀ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਕਹਿੰਦੇ ਤੁਸੀਂ ਅਕਾਲੀ ਦਰ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਅਗਵਾਈ ਆ ਉਹਦੀ ਛਲਾਗਾ ਕੀਤੀ ਕਿ ਉਹਨਾਂ ਨੇ ਕਿੰਨਾ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਇਹ ਗੱਲ ਹੈ ਜਿਹੜੇ ਉਸ ਦਿਨ ਕੋਰ ਕਮੇਟੀ ਦੀ ਮੀਟਿੰਗ ਸੀ ਉਹ ਐਕਚੁਅਲੀ ਇਨਫਾਰਮਲ ਮੀਟਿੰਗ ਬਣاتی ਸੀ ਪਹਿਲਾਂ ਤੈਅ ਕਰਕੇ ਕਿਉਂਕਿ ਜਿਹੜੇ ਅਰਸ਼ ਤੋਂ ਫਰਸ਼ ਤੇ ਹਾਲਾਤ ਬਣੇ ਨੇ ਕਾ ਪਾਰਟੀ ਦੇ ਉਹ ਬੜੇ ਮਤਲਬ ਗੰਭੀਰਤਾ ਨਾਲ ਦੰਗਾਈ ਨਾਲ ਵਿਸ਼ਾਲ ਚਰਚਾ ਕਰਕੇ ਉਦੇ ਕੋਈ ਕਾਰਨ ਲੱਭ ਕੇ ਉਹਦੇ ਫਿਰ ਹੱਲ ਲੱਭ ਕੇ ਮੋੜ ਰਿਵਾਈਵ ਕਰਨ ਦੇ ਰਾਹ ਲੱਭ ਕੇ ਮਨਨ ਕੱਲਾ ਕੱਲਾ ਬੰਦਾ ਮਿਲ ਕੇ ਜਾਂ ਗਰੁੱਪਾਂ ਵਿੱਚ ਬੰਦੇ ਮਿਲ ਕੇ ਇਮਾਨਦਾਰੀ ਨਾਲ ਖੁੱਲ ਕੇ ਰਾਵਾਂ ਦੇ ਕੇ ਫਿਰ ਕੋਈ ਇੱਕ ਰਾਹ ਲੱਭਿਆ ਜਾਵੇ ਔਰ ਇੱਕ ਮੇਨ ਕਾਰਨ ਜਿਹੜਾ ਆਮ ਦੇਖਿਆ ਜਾ ਰਿਹਾ ਸੀ ਵੀ ਨੀਤੀ ਨਾ ਹੋਣ ਕਰਕੇ ਕੋਈ ਪਲੇਟਫਾਰਮ ਸਾਹਮਣੇ ਨਾ ਬਣਾਉਣ ਕਰਕੇ ਇਸ ਹਾਲਤ ਵਿੱਚ ਸਾਨੂੰ ਪਹੁੰਚਣਾ ਪਿਆ ਤੇ ਕੀ ਰਾਹ ਬਣਾਈਏ ਕੀ ਪਲੇਟਫਾਰਮ ਕਰੀਏ ਕੀ ਨੀਤੀ ਤੈਅ ਕਰੀਏ ਉਹਦੇ ਲਈ ਕੋਈ ਡਰਾਫਟ ਤਿਆਰ ਕਰਕੇ ਕਮੇਟੀ ਬਣਾ ਕੇ ਫਿਰ ਫਾਰਮਲ ਮੀਟਿੰਗ ਸੱਦ ਕੇ ਉਹਦੇ ਚ ਸਾਰੀਆਂ ਗੱਲਾਂ ਪਾਸ ਕੀਤੀਆਂ ਜਾਣ ਤਾਂ ਕਿ ਅੱਗੇ ਨੂੰ ਪਾਰਟੀ ਮਤਲਬ ਉੱਠ ਸਕੇ ਖੜ ਸਕੇ ਤੇ ਪਹਿਲਾਂ ਵਾਲੀ ਥਾਂ ਤੇ ਜਾ ਸਕੇ ਜਿਨ੍ਹਾਂ ਨੂੰ ਇਮਾਨਦਾਰੀ ਨਾਲ ਚਿੰਤਾ ਹੈ ਸਜੀਦਾ ਨੇ ਉਹ ਲੋਕ ਆਪਣੀ ਆਪਣੀ ਰਾਵਾਦਨ ਇਹਦੇ ਲਈ ਮਤਲਬ ਕੋਈ ਫਾਰਮਲ ਮੀਟਿੰਗ ਅੱਗੇ ਨੂੰ ਰੱਖੀ ਜਾਵੇ ਹੁਣ ਜਿਹੜੀ ਉਸ ਦਿਨ ਦੀ ਮੀਟਿੰਗ ਸੀ ਉਹਨੂੰ ਇਨਫਾਰਮਲ ਮੀਟਿੰਗ ਕਰਕੇ ਜਨਰਲ ਡਿਸਕਸ਼ਨ ਲਈ ਰੱਖਿਆ ਸੀ ਤੇ ਹੱਡਬੀਤੀਆਂ ਚੋਣਾਂ ਦੇ ਦੌਰਾਨ ਜੋ ਕੁਝ ਵਾਪਰਿਆ ਉਹਦੀ ਚਰਚਾ ਮੈਂ ਚਲੀਆਂ ਤੇ ਇਸੇ ਕਰਕੇ ਮਤਾ ਰੋਗਤਾ ਸੀ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਭਰੋਸਗੀ ਦਾ ਜਾਂ ਬੇਭਰੋਸਗੀ ਦੀ ਚਰਚਾ ਹੀ ਨਹੀਂ ਹੋਈ ਜਦੋਂ ਇਨਫਾਰਮਲ ਗੱਲਾਂ ਸੀ ਇਨਫਾਰਮਲ ਹੱਡਬੀਤੀਆਂ ਸੀ ਤੇ ਜਿਹੜੀ ਪਾਰਟੀ ਦੇ ਮਤਲਬ ਇਸੇ ਹਾਲਤ ਵਿੱਚ ਪਹੁੰਚਣ ਦੇ ਕਾਰਨ ਤੇ ਉਹਨਾਂ ਦੇ ਹੱਲ ਮਲ ਖੁੱਲ ਕੇ ਦੱਸਣ ਦੀ ਗੱਲ ਸੀ ਉਹ ਤਾਂ ਪੈਂਡਿੰਗ ਰੱਖ ਲਿਆ ਸੀ ਪਰ ਜਿਹੜਾ ਇੱਕ ਸਾਹਮਣੇ ਖਬਰ ਆਈ ਬਿਆਨ ਆਉਂਦਾ ਹੈ ਪਾਰਟੀ ਦੇ ਵੱਲੋਂ ਉਹਦੇ ਵਿੱਚ ਤਾਂ ਇਹ ਹੁੰਦਾ ਹੈ ਕਿ ਵੀ ਕਾਰਗੁਜ਼ਾਰੀ ਦੀ ਛਲਾਗਾ ਜਿਹੜੀ ਆ ਉਹ ਕੀਤੀ ਗਈ ਸਾਰੇ ਮੈਂਬਰਾਂ ਦੇ ਵੱਲੋਂ ਜਿਹੜਾ ਇਹ ਮੱਤਾ ਸਾਹਮਣੇ ਆਇਆ ਬਿਲਕੁਲ ਗਲਤ ਆਇਆ ਇਹ ਤਾਂ ਬਲਕਿ ਰੋਗਤਾ ਸੀ ਇਹ ਮਤੈਨੂੰ ਰੋਕਣ ਦੇ ਵਿੱਚ ਬਲਕਿ ਉਸ ਟਾਈਮ ਬੈਂਸ ਸਾਹਿਬ ਨੇ ਪੁੱਛਿਆ ਵੀ ਭਰੋਸਗੀ ਦਾ ਮਤੈ ਹੀ ਪਾਉਣਾ ਸਸੂ ਵੀਰਸੇ ਬਾਦਲ ਨਹੀਂ ਪਛਾਹ ਤੋ ਪਹਿਲਾਂ ਕਿਹਾ ਵੀ ਭਰੋਸਗੀ ਭਰਾਸੀ ਦਾ ਮਤੈ ਕੋਈ ਨਹੀਂ ਪਾਉਣਾ ਫਿਰ ਮੈਂ ਕਿਹਾ ਵੀ ਨਾ ਭਰੋਸਗੀ ਨਾ ਗੈਰ ਭਰੋਸਗੀ ਜਿਹਦੀ ਚਰਚਾ ਹੀ ਨਹੀਂ ਚੱਲੀ ਉਹਦੇ ਮਤੈ ਦਾ ਕੀ ਮਤਲਬ ਹੈ ਤੇ ਬਾਕੀਆਂ ਨੇ ਤਕਰੀਬਨ ਤਕਰੀਬਨ ਮੈਕਸਿਮ ਬੰਦੇ ਨੇ ਕਿਹਾ ਉਹਨੂੰ ਬਕਾਇਦਾ ਰੋਕਿਆ ਵੀ ਇਹ ਮਤੈ ਨਹੀਂ ਪਾਉਣਾ ਅੱਛਾ ਮੰਤਨ ਦੇ ਵਿੱਚ ਨਿਕਲ ਕੇ ਕੀ ਆਇਆ ਵੱਡਾ ਕਾਰਨ ਕੀ ਲੱਗਿਆ ਹਾਰ ਦਾ ਮਤੈ ਪ੍ਰੈਸ ਦੇ ਵੀ ਦੂਜੇ ਦਿਨ ਦੇਖਿਆ ਬੜੀ ਹਰਾਨੀ ਹੋਈ ਉਦੋਂ ਤੀ ਤੌਰ ਤੇ ਜਦੋਂ ਤੁਸੀਂ ਪੁੱਛਦੇ ਹੋ ਪ੍ਰੈਸ ਵਾਲੇ ਪੁੱਛਦੇ ਹੋ ਤਾਂ ਅਸੀਂ ਉਹਦੇ ਤੇ ਡਾਇਰੈਕਟ ਵੀ ਕੀਤਾ ਵੀ ਤਾਂ ਕਿਸੇ ਹੁੰਦਾ ਧੋਖਾ ਹੀ ਹੋਇਆ ਜਿਹੜੀ ਗੱਲ ਹੋਈ ਨਹੀਂ ਜਿਹੜੀ ਗੱਲ ਤੋਂ ਬਲ ਕੇ ਰੋਕਿਆ ਉਹ ਗੱਲ ਕਰਤੀ ਤੇ ਇਹਦਾ ਨੋਟਸ ਵੀ ਲਵਾਂਗੇ ਪਾਰਟੀ ਪ੍ਰਧਾਨ ਨੂੰ ਮਿਲ ਕੇ ਜਦੋਂ ਹੁਣ ਮਿਲਣਾ ਮੈਂ ਹੋਰ ਵੀ ਸੱਜਣ ਮਿਲਣਗੇ ਬਹੁਤ ਲੋਕਾਂ ਦੇ ਫੋਨ ਆ ਰਹੇ ਨੇ ਵੀ ਆਪਣੇ ਨਾਂ ਹੋਇਆ ਕੀ ਆ ਤੇ ਉਹ ਹੁਣ ਪਾਰਟੀ ਪ੍ਰਧਾਨ ਨੂੰ ਮਿਲ ਕੇ ਅਸੀਂ ਗੱਲ ਕਰਾਂਗੇ ਵੀ ਇਹ ਜਿਹੜਾ ਇਸ ਤਰ੍ਹਾਂ ਦਾ ਪਾਰਟੀ ਨੂੰ ਅਦਾ ਤੇ ਲਾਉਣਾ ਆਫੀਸ਼ਲ ਪ੍ਰੈਸ ਨੋਟ ਜਿਹੜਾ ਹੈ ਉਹ ਪਾਰਟੀ ਦਾ ਇੱਕ ਡਾਕੂਮੈਂਟ ਹੁੰਦਾ ਉਹਨੂੰ ਮਤਲਬ ਓਪਨ ਜਦੋਂ ਤੈ ਹੋ ਗਿਆ ਵੀ ਇਹਦੀ ਚਰਚਾ ਨਹੀਂ ਕਰਨੀ ਤੇ ਫੇਰ ਕਰ ਦੇਣਾ ਇਹਦਾ ਮਤਲਬ ਸਾਰੀ ਪਾਰਟੀ ਨੂੰ ਦਾਤੇ ਲਾਉਣਾ ਦੀ ਗੱਲ ਆ ਤੁਹਾਡੇ ਕਹਿਣ ਦਾ ਭਾਵ ਆ ਕਿ ਬੇਪਰੋਸਗੀ ਵਾਲੇ ਹਾਲਾਤਾਂ ਦੇ ਵਿੱਚ ਭਰੋਸਗੀ ਦਾ ਤੇ ਅਗਵਾਈ ਦੀ ਛਲਾਗਾ ਦਾ ਮਤ ਆ ਗਿਆ ਨਹੀਂ ਮੈਂ ਨਾ ਬੇਪਰੋਸਗੀ ਦੀ ਗੱਲ ਕੀਤੀ ਨਾ ਭਰੋਸੇ ਦੀ ਗੱਲ ਕੀਤੀ ਮੈਂ ਕਿਹਾ ਵੀ ਇਹ ਇਹ ਇਸ਼ੂ ਹੈ ਪੈਂਡਿੰਗ ਰੱਖ ਲਿਆ ਸੀ ਕਿਉਂਕਿ ਇਹ ਤੇ ਖੁੱਲ ਕੇ ਵਿਚਾਰਾ ਕਰਦੀ ਲੋੜ ਸੀ ਇਹ ਤੇ ਢੰਗਾਈ ਤੇ ਵਿਚਾਰਾ ਕਰਦੀ ਲੋੜ ਸੀ ਇਹਦੇ ਲਈ ਭਿਖਦੇ ਰਾਹ ਲੱਭਣ ਦੀ ਗੱਲ ਸੀ ਸੋ ਇਸ ਕਰਕੇ ਇਹਨੂੰ ਪੈਂਡਿੰਗ ਰੱਖ ਲਿਆ ਸੀ ਜਿਹੜੀ ਗੱਲ ਪੈਂਡਿੰਗ ਰੱਖ ਲਿਆ ਉੱਤੇ ਰਿਐਕਟ ਕਰਨ ਦਾ ਕੋਈ ਕਮੈਂਟ ਕਰਨ ਦਾ ਮੇਰਾ ਖਿਆਲ ਕੋਈ ਚੰਗਾ ਨਹੀਂ ਲੱਗਦਾ ਸੋ ਇਸ ਕਰਕੇ ਅਸੀਂ ਬੜਾ ਸਪਸ਼ਟ ਸੀ ਮੈਂ ਇਕੱਲਾ ਹੀ ਨਹੀਂ ਸਾਰੇ ਇੱਕ ਅਦੇ ਬੰਦੇ ਤੋਂ ਬਿਨਾ ਮੇਰਾ ਖਿਆਲ ਸਾਰੇ ਬੰਦੇ ਹੀ ਇਸ ਮਤਤੇ ਸੀ ਮਤਲਬ ਈਵਨ ਮਤੋਂ ਦਾ ਅਕਬਾਲ ਸੀ ਝੁੰਦੇ ਨੇ ਵੀ ਕਿਹਾ ਭੁੰਦਰ ਸਾਹਿਬ ਨੇ ਕਿਹਾ ਸੁਵੀਰ ਤੇ ਬਾਦਲ ਹੋਣਾ ਤੇ ਕਹੀ ਕਿਹਾ ਅ ਚਲੋ ਮੈਂ ਤਾਂ ਕਹਿਣੀ ਸੀ ਤੇ ਬਰਾੜਾ ਸਾਹਿਬ ਨੇ ਕਿਹਾ ਬੀਬੀ ਜਗੀਰ ਕੌਰ ਉਹਨਾਂ ਨੇ ਕਿਹਾ ਦਲਜੀਤ ਜੀ ਮੈਨੇ ਕਿਹਾ ਸੁਜੀਤ ਰਖੜੇ ਨੇ ਕਿਹਾ ਬਲਦੇਮਾਨ ਨੇ ਕਿਹਾ तकरीबन ਹਰ ਬੰਦੇ ਨੇ ਕਿਹਾ ਇਹ ਮਤੇ ਦੀ ਲੋੜ ਨਹੀਂ ਹੈ ਮਤਲਬ ਉਹ ਤਾਂ باوجود ਮਤਲਬ ਪਤਾ ਜਦੋਂ ਅਖਬਾਰਾਂ ਵਿੱਚ ਪੜਿਆ ਤਾਂ ਕੁਦਰਤੀ ਤੌਰ ਤੇ ਨਾ ਫਿਰ ਇੱਕ ਕਿਸਮ ਦਾ ਧੋਖਾ ਲੱਗਿਆ ਜਿਹੜਾ ਨਹੀਂ ਚਾਹੀਦਾ ਪਾਰਟੀ ਪ੍ਰਧਾਨ ਨੂੰ ਕਹਾਂਗੇ ਮਤਲਬ ਅੱਗੇ ਵਾਸਤੇ ਇਸ ਕਿਸਮ ਦੀਆਂ ਮਨਮਰਜ਼ੀਆਂ ਜਿਹੜੀਆਂ ਨੇ ਉਹ ਪਾਰਟੀ ਦੇ ਵਿੱਚ ਨੁਕਸਾਨਦੇਹ ਕਿ ਨਹੀਂ अच्छा इसे तो पहले ही मीटिंग तो थोड़ी देर पहले ही एक ਚਰਚੀ ਤੇ ਬਰਾਡ ਹੋਣੀ ਬੜੇ ਖਾਸ ਮਨ ਜਾਂਦੇ ਸੀ ਉਹਨਾਂ ਦੀ ਇੱਕ ਚਿੱਠੀ ਆਉਂਦੀ ਹੈ ਕਿਤੇ ਨਾ ਕਿਤੇ ਲੀਡਰਸ਼ਿਪ ਤੇ ਸਵਾਲ ਸਾਫ ਤੌਰ ਤੇ ਚੁੱਕਿਆ ਗਿਆ ਜਾਂ ਫਿਰ ਹੋਰ ਵੀ ਕਈ ਤਰ੍ਹਾਂ ਦੀਆਂ ਆਵਾਜ਼ਾਂ ਉਠੀਆਂ ਉਧਰ ਚਾਹੇ ਢੀਂਸਾ ਸਭ ਦੀ ਗੱਲ ਕਰ ਲਓ ਉਹ ਪ੍ਰਧਾਨ ਨੂੰ ਲੈ ਕੇ ਸਵਾਲ ਚੁੱਕਦੇ ਨੇ ਤਾਂ ਮੰਥਨ ਜਦੋਂ ਹੋਇਆ ਉਹਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਤੇ ਵਿਚਾਰ ਚਰਚਾ ਹੋਈ ਨਹੀਂ ਮੰਥਨ ਹੋਇਆ ਹੀ ਨਹੀਂ ਮੰਥਨ ਤਾਂ ਇਹ ਤਾਂ ਹੱਡ ਬੀਤੀਆਂ ਸੁਣਾਈਆਂ ਮਨ ਲ ਚੋਣਾਂ ਦੇ ਦੌਰਾਨ ਜੋ ਜੋ ਕੁਝ ਬੀਤਿਆ ਉਹਦੀ ਕਹਾਣੀ ਸੁਣਾਈ ਮੈਂ ਕਿਹਾ ਸਾਰੀ ਇਨਫਾਰਮਲ ਮੀਟਿੰਗ ਸੀ ਫਾਰਮਲ ਮੀਟਿੰਗ ਜਦੋਂ ਹੋਏਗੀ ਉਸ ਤੋਂ ਪਹਿਲਾਂ ਅਸੀਂ ਇਕੱਲੇ ਇਕੱਲੇ ਮਿਲ ਕੇ ਗਰੁੱਪਾਂ ਵਿੱਚ ਮਿਲ ਕੇ ਮਨ ਲ ਡਿਟੇਲ ਦੇ ਵਿੱਚ ਪੂਰੀ ਢੰਗਾਈ ਦੇ ਵਿੱਚ ਚਰਚਾ ਕਰਾਂਗੇ ਫਿਰ ਕੋਈ ਰਾਹ ਲੱਭਾਂਗੇ ਕਿਉਂਕਿ ਅੱਜ ਸਾਡੀ ਪੋਜੀਸ਼ਨ ਬੜੀ ਨਾਜ਼ੁਕ ਆ ਅਸੀਂ ਇਸ ਦੌਰ ਤੋਂ ਕਿਵੇਂ ਅੱਗੇ ਉੱਭਰਨਾ ਇਹ ਸਾਡੇ ਲਈ ਬਹੁਤ ਵੱਡਾ ਸਵਾਲ ਆ ਤੇ ਇਹਨੂੰ ਪੋਚਾ ਪੋਚੀ ਕਰਕੇ ਅਸੀਂ ਨਿਕਲ ਨਹੀਂ ਸਕਦੇ ਸੋ ਇਸ ਲਈ ਮਤਲਬ ਚਾਰਜੀਤ ਬਰਾੜ ਨੇ ਕੀ ਸੁਝਾਅ ਦਿੱਤਾ ਢੀਂਡਸਾ ਸਾਹਿਬ ਨੇ ਕੀ ਦਿੱਤਾ ਤੇ ਅਸੀਂ ਕੋਸ਼ਿਸ਼ ਕੀਤੀ ਆ ਵੀ ਕੋਈ ਸੁਝਾਅ ਜਿਹੜਾ ਹੈ ਪਾਰਟੀ ਪ੍ਰਧਾਨ ਨੂੰ ਮਿਲ ਕੇ ਹੀ ਦਿੱਤਾ ਜਾਵੇ ਔਰ ਉਹਦੇ ਰਾਜ ਜਿਹੜੇ ਨੇ ਫਿਰ ਉਹ ਇਮਾਨਦਾਰੀ ਨਾਲ ਕੰਸੈਂਸਸ ਬਣਾ ਕੇ ਕੋਈ ਮਤਲਬ ਇੱਕ ਸਬ ਕਮੇਟੀ ਵੀ ਬਣਾ ਸਕਦੇ ਨੇ ਕੋਈ ਡਰਾਫਟ ਕਮੇਟੀ ਬਣਾ ਸਕਦੇ ਨੇ ਫਿਰ ਉਹ ਨੀਤੀ ਜਿਹੜੀ ਆ ਪਾਸ ਫਾਰਮਲ ਮੀਟਿੰਗ ਬੁਲਾ ਕੇ ਉਹਦੇ ਚ ਰੱਖ ਕੇ ਪਾਸ ਕਰੀ ਜਾਵੇ ਤਾਂ ਅੱਗੇ ਪਾਰਟੀ ਸਮੂਧ ਲਈ ਚੱਲ ਸਕੇਗੀ ਉਦੇਰਾ ਲੱਭਣ ਲਈ ਸਾਨੂੰ ਸਮਾਂ ਚਾਹੀਦਾ ਸੀ ਅੱਛਾ ਸਰਜੀਤ ਸਿੰਘ ਖਾਲਸਾ ਔਰ ਅਮਰਤਪਾਲ ਹੋਰਾਂ ਨੂੰ ਲੈ ਕੇ ਜਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਵੀ ਮੇਰੀ ਗੱਲ ਹੋਈ ਸੀ ਕਿ ਅਕਾਲੀ ਦਲ ਸਿੱਧੇ ਤੌਰ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਖੜਾ ਨਜ਼ਰ ਆਇਆ ਖੂਬ ਖੁੱਲ ਕੇ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਵੀ ਹੁੰਦੀ ਰਹੀ ਅਮਰਤਪਾਲ ਨੂੰ ਲੈ ਕੇ ਤਾਂ ਬਹੁਤ ਤਿੱਖੇ ਬਿਆਨ ਜਿਹੜੇ ਸਾਹਮਣੇ ਆਉਂਦੇ ਰਹੇ ਪਰ ਦੂਜੇ ਪਾਸੇ ਰਵਨੀਤ ਬਿੱਟੂ ਰਵਰੀਦ ਬਿੱਟੂ ਜਿਹੜੇ ਹਮੇਸ਼ਾ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਦੇ ਰਹੇ ਇਸ ਮਸਲੇ ਤੇ ਡਟ ਕੇ ਖਲਾਫਤ ਕਰਦੇ ਰਹੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਉਹ ਕਹਿੰਦੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਮੈਂ ਹੁਣ ਕੋਈ ਰੋੜਾ ਨਹੀਂ ਬਣਾਗਾ ਔਰ ਵੱਡਾ ਬਿਆਨ ਇਸ ਤੋਂ ਹੋਰ ਵੀ ਅਮਰਤਪਾਲ ਦੇ ਪਰਿਵਾਰ ਨੂੰ ਜਾ ਕੇ ਮਿਲਾਂਗਾ ਕਹਿੰਦੇ ਮਾਪਿਆਂ ਨੂੰ ਮਿਲਾਂਗਾ ਉਸ ਮਸਲੇ ਤੇ ਚਰਚਾ ਕਰਾਂਗਾ ਦੇਖੋ ਜਿਹੜੇ ਲੋਕ ਸਮੇਂ ਦੀ ਨਵਜ ਨੂੰ ਪਛਾਣਦੇ ਨੇ ਲੋਕ ਉਹਨਾਂ ਦੀ ਪ੍ਰਸ਼ੰਸਾ ਹੀ ਕਰਦੇ ਨੇ ਸਰ ਅਬਨੀ ਸਿੰਘ ਬਿੱਟੂ ਹੋਰਾਂ ਨੇ ਜਿਹੜੇ ਕੇਂਦਰੀ ਰੇਲਵੇ ਰਾਜ ਮੰਤਰੀ ਨੇ ਉਹਨਾਂ ਨੇ ਜਿਹੜਾ ਹੁਣ ਬਿਆਨ ਦਿੱਤਾ ਭਾਈ ਰਾਜਵਾਨਾ ਦੇ ਮਾਮਲੇ 'ਚ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਵਿੱਚ ਉਹ ਇੱਕ ਚੰਗੀ ਸ਼ੁਰੂਆਤ ਆ ਔਰ ਮੈਂ ਸਮਝਦਾ ਇਸ ਤਰ੍ਹਾਂ ਦੀ ਸੋਚ ਹੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਤੇ ਦੇਸ਼ ਤੇ ਕੌਮ ਦੇ ਹਿੱਤ ਵਿੱਚ ਰਹੇਗੀ ਕਿਉਂਕਿ ਜਿਹੜੀ ਬਗਾਨੇਪਨ ਦੀ ਭਾਵਨਾ ਇੱਕ ਸੈਕਸ਼ਨ ਵਿੱਚ ਪਣਪ ਰਹੀ ਆ ਉਨੂੰ ਰੋਕਣਾ ਸਰਕਾਰ ਦੀ ਜ਼ਿੰਮੇਵਾਰੀ ਆ ਦੇਸ਼ ਦੇ ਹਿੱਤ ਚ ਔਰ ਮੈਂ ਸਮਝਦਾ ਕਿ ਜਦੋਂ ਤੁਸੀਂ ਇਨਸਾਫ ਦੀ ਗੱਲ ਕਰੋਗੇ ਕਾਨੂੰਨ ਦਾ ਵਰਤੋਂ ਸਾਰਿਆਂ ਨਾਲ ਬਰਾਬਰ ਦੀ ਗੱਲ ਕਰੋਗੇ ਤਾਂ ਕੁਦਰਤੀ ਤੌਰ ਤੇ ਬਗਾਨੇਪਨ ਦੀ ਭਾਵਨਾ ਖਤਮ ਹੋਏਗੀ ਅਚਾ ਰਮਨੀਤ ਬਿੱਟੂ ਦਾ ਤਾਂ ਇਨਾ ਵੱਡਾ ਹਿਰਦੇ ਪਰਵਰਤਨ ਜਿਹੜਾ ਹੈਗਾ ਨਜ਼ਰ ਆਇਆ ਤੁਸੀਂ ਛਲਾਗਾ ਵੀ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਮੌਕੇ ਦੀ ਨਿਯਾਗਤ ਨੂੰ ਸਮਝ ਲਿਆ ਬਿੱਟੂ ਨੇ ਅਕਾਲੀਦਰ ਮੌਕੇ ਦੀ ਨਿਯਾਗਤ ਨੂੰ ਤੁਹਾਨੂੰ ਲੱਗਦਾ ਹੈ ਕਿ ਸਮਝਣ ਦੇ ਵਿੱਚ ਗਲਤੀ ਖਾ ਗਿਆ ਅਮਰਤਪਾਲ ਦੇ ਮਸਲੇ 'ਚ ਵੀ ਔਰ ਸਰਬਜੀਤ ਦੇ ਮਸਲੇ 'ਚ ਵੀ ਦੇਖੋ ਕਿਤੇ ਨਾ ਕਿਤੇ ਤਾਂ ਸਾਨੂੰ ਮਤਲਬ ਇਹਦਾ ਨੁਕਸਾਨ ਹੋਇਆ ਹੀ ਹੋਇਆ ਕਿਉਂਕਿ ਸ਼ਰੋਮਣੀ ਅਕਾਲੀ ਦਲ ਹੀ ਬੰਦੀ ਸਿੱਖਾਂ ਦੀ ਰਿਹਾਈ ਦਾ ਮਤਲਬ ਪਹਿਰੇਦਾਰਾ ਮਤਲਬ ਸ਼ੁਰੂਆਤ ਦੇ ਲੈ ਕੇ ਅੱਜ ਤੱਕ ਇਸ ਸ਼ਰੋਮਣੀ ਅਕਾਲੀ ਦਲ ਅੱਗੇ ਹੋ ਕੇ ਬੰਦੀ ਸਿੱਖਾਂ ਦੀ ਰਿਹਾਈ ਦੀ ਲੜਾਈ ਲੜ ਰਿਹਾ ਤੇ ਕੁਦਰਤੀ ਤੌਰ ਤੇ ਜਦੋਂ ਚੋਣਾ ਆਇਆ ਚੋਣਾ ਦੇ ਵਿੱਚ ਚੋਣ ਲੜਨ ਦਾ ਹਰ ਇੱਕ ਨੂੰ ਹੱਕਾ ਕਿਸੇ ਨੂੰ ਅਸੀਂ ਰੋਕ ਨਹੀਂ ਸਕਦੇ ਤੇ ਉਹ ਬਰਾਬਰ ਜਦੋਂ ਮਿਹਣੋ ਮਣੀ ਆਈ ਗੱਲ ਲਈ ਉਹ ਲੋਕਾਂ ਨੇ ਚੰਗੀ ਨਹੀਂ ਸਮਝੀ ਤੇ ਇਹੀ ਕਾਰਨ ਜਿਹੜੇ ਸਾਡੀ ਸਥਿਤੀ ਸੀ ਦੇ ਬਣੇ ਉਹਨਾਂ ਵੀ ਇੱਕ ਇਹ ਕਾਰਨ ਵੀ ਹੋ ਸਕਦਾ ਤੁਹਾਨੂੰ ਵੀ ਲੱਗਦਾ ਕਿ ਇਸ ਮਸਲੇ ਤੇ ਵੀ ਇੱਕ ਵਾਰੀ ਪਾਰਟੀ ਨੂੰ ਮੀਟਿੰਗ ਕਰਕੇ ਵਿਚਾਰ ਕਰ ਲੈਣਾ ਚਾਹੀਦਾ ਸੀ ਕਿ ਅਮਰਤਪਾਲ ਤੇ ਸਰਬਜੀਤ ਖਾਲਸਾ ਦੇ ਮਾਮਲੇ ਦੇ ਵਿੱਚ ਸਟੈਂਡ ਕੀ ਲੈਣਾ ਪਾਰਟੀ ਨੇ ਤੁਹਾਨੂੰ ਲੱਗਦਾ ਹੈ ਕਿ ਆਪਣੇ ਆਪ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਸ਼ਾਇਦ ਉਹਦਾ ਨੁਕਸਾਨ ਹੋ ਗਿਆ ਦੇਖੋ ਜਿਹੜੀ ਗੱਲ ਜਿਨ੍ਹਾਂ ਦਾ ਕਾਰਨਾ ਕਰਕੇ ਅਸੀਂ ਸਾਡੀ ਇਹ ਸਥਿਤੀ ਬਣੀ ਆ ਉਹਦੇ ਚਰਚਾ ਕਰਾਂਗੇ ਕਰਾਂਗੇ ਉਹ ਤਾਂ ਅਸੀਂ ਉਹਦੇ ਚ ਜਦੋਂ ਮਿਲ ਕੇ 8 ਡੱਡ ਜਾਂ 2-2 ਜਾਂ 4-4 ਦੇ ਗਰੁੱਪ ਵਿੱਚ ਗੱਲ ਕਰਨੀ ਆ ਉਹਨਾਂ ਕਾਰਨਾਂ ਵਿੱਚ ਇੱਕ ਇਹ ਕਾਰਨ ਵੀ ਮਤਲਬ ਅ ਕਈ ਸੈਕਸ਼ਨਾਂ ਵੱਲੋਂ ਆਏਗਾ ਮੈਂ ਤਾਂ ਆਪ ਰੱਖੂੰਗਾ ਤੇ ਬਾਕੀ ਵੀ ਰੱਖਣਗੇ ਜਿਹੜੇ ਰੱਖਣਾ ਤੇ ਜਿਹੜੀ ਕੁੱਲ ਮਿਲਾ ਕੇ ਜੋ ਸਾਡੀ ਕੰਸੈਂਸਸ ਬਣੂਗੀ ਉਹਦੇ ਤੇ ਫਿਰ ਅਸੀਂ ਨੀਤੀ ਤਿਆਰ ਕਰਾਂਗੇ ਤੁਹਾਨੂੰ ਕੀ ਪ੍ਰੇਮ ਸਿੰਘ ਚੰਦੂ ਮੈਰਾਂ ਨੂੰ ਇਹ ਲੱਗਦਾ ਹੈ ਕਿ ਹੁਣ ਪੰਥਕ ਨੁਮਾਇੰਦਗੀ ਦੇ ਤੌਰ ਤੇ ਸਰਬੀ ਸਿੰਘ ਖਾਲਸਾ ਹੋਰ ਅਮਰਤਪਾਲ ਸਿੰਘ ਜਿੱਤੇ ਨੇ ਕਿਤੇ ਨਾ ਕਿਤੇ ਅਕਾਲੀ ਦਲ ਪੰਥਕ ਰਾਜਨੀਤੀ ਕਰਦਾ ਰਿਹਾ ਤੁਹਾਨੂੰ ਇਹ ਲੱਗਦਾ ਨਹੀਂ ਜੀ ਤੌਰ ਤੇ ਕਿ ਹੁਣ ਪੰਥਕ ਨੁਮਾਇੰਦਗੀ ਤੁਸੀਂ ਆਪਣੇ ਆਪ ਹੀ ਆਪਣੇ ਹੱਥਾਂ ਦੇ ਵਿੱਚੋਂ ਉਸ ਪਾਸੇ ਨੂੰ ਕਨਵਰਟ ਕਰ ਦਿੱਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਪੰਥਕ ਵੋਟ ਸਾਰਾ ਉਧਰ ਭੁਗਤ ਗਿਆ ਜਦ ਕਿ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਸਮਝਦਾ ਸੀ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਵੱਖਰਾ ਨਜ਼ਰ ਆਇਆ ਨਹੀਂ ਇਹ ਹੀ ਤਾਂ ਫਿਕਰ ਵਾਲੀ ਗੱਲ ਹੈ ਇਹ ਤਾਂ ਚਿੰਤਾ ਵਾਲੀ ਗੱਲ ਹੈ ਇਹ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਅਕਸਾ ਸ਼ਰਮਣੀ ਅਕਾਲੀ ਦਲ ਤੇ ਜਿਹੜੀਆਂ ਲੋਕਾਂ ਨੂੰ ਆਸਾਂ ਵੀ ਦਿੰਦੇ ਨੇ ਮਤਲਬ ਉਹਨਾਂ ਆਸਾਂ ਮੀਦਾਂ ਤੇ ਸ਼ਰਮਣੀ ਅਕਾਲੀ ਦਲ ਨੂੰ ਪੂਰਾ ਉੱਤਰ ਲੈਣ ਦੇ ਯੋਗ ਬਣਾਉਣ ਲਈ ਕਿਹੜੇ ਕਿਹੜੇ ਉਪਾਲ ਲੱਭੇ ਜਾਣ ਕਿਹੜੇ ਕਿਹੜੇ ਟੱਗ ਵਰਤੇ ਜਾਣ ਇਹੀ ਤਾਂ ਅਸੀਂ ਮਿਲ ਕੇ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਮਿਲ ਕੇ ਅਲੱਗ-ਅਲੱਗ ਕੱਲਾ-ਕੱਲਾ ਮਿਲ ਕੇ ਇਹੀ ਇਹਦੇ ਤੇ ਹੀ ਨੀਤੀ ਬਣਾਉਣੀ ਆ ਇਹਨੂੰ ਅਸੀਂ ਪਬਲਿਕਲੀ ਕਰਾਂਗੇ ਤਾਂ ਮੇਰਾ ਖਿਆਲ ਆ ਵਿਵਾਦ ਤੇ ਚਰਚਾਵਾਂ ਦਾ ਹਿੱਸਾ ਬਣੂਗੀ ਜਿਹੜੀ ਤੋਂ ਅਸੀਂ ਬਚਣਾ ਚਾਹੁੰਦੇ ਆ ਜੀ ਤੋਂ ਅਸੀਂ ਰੋਕਣਾ ਚਾਹੁੰਦੇ ਆ ਤਾਂ ਕਿ ਸਾਡੀ ਸਿਹਰਦਤਾ ਇਹ ਆ ਕਿ ਅਸੀਂ ਇਮਾਨਦਾਰੀ ਨਾਲ ਇੱਕ ਐਸੀਆਂ ਰਾਮਾ ਤਿਆਰ ਕਰੀਏ ਜਿਹਦੇ ਨਾਲ ਸ਼ਰਮਣੀ ਕਾਲੀਦਾਲ ਦਾ ਪੰਥਕ ਚਿਹਰਾ ਵੀ ਪੰਜਾਬ ਹਤੈਸ਼ੀ ਜਿਹੜਾ ਵੀ ਪੰਜਾਬ ਤੇ ਪੰਜਾਬੀਅਤ ਦੀ ਔਰ ਖੇਤਰੀਵਾਦੀ ਪਹਿਰੇਦਾਰ ਪਾਰਟੀ ਦੇ ਤੌਰ ਤੇ ਜਿਹੜੀ ਵਿਰਾਸਤ ਆ ਸ਼ਰਮਣੀ ਅਕਾਲੀ ਦਲ ਦੀ ਉਹ ਕਾਇਮ ਰਹਿ ਸਕੇ ਉਹ ਨੀਤੀ ਅਸੀਂ ਤਿਆਰ ਕਰਕੇ ਫਿਰ ਫਾਰਮਲ ਮੀਟਿੰਗ ਸੱਦ ਕੇ ਉਹਦੇ ਤੇ ਪਹਰਾਂ ਦੇਵਾਂਗੇ ਇੱਕ ਸੀਟ ਤੇ ਸਿੰਮਟਨ 10 ਸੀਟਾਂ ਤੇ ਜ਼ਮਾਨਤ ਜ਼ਬਤ ਕਰਵਾਉਣ ਤੋਂ ਬਾਅਦ ਅਕਾਲੀ ਦਲ ਜਲੰਧਰ ਵੈਸਟਰਨ ਲੈ ਕੇ ਕੀ ਸੋਚਦਾ ਹੈ ਉੱਥੇ ਵੀ ਡਟੇਗਾ ਤੁਹਾਨੂੰ ਉਸ ਸੀਟ ਨੂੰ ਲੈ ਕੇ ਕੀ ਲੱਗਦਾ ਹੈ ਕਿ ਰਣਨੀਤੀ ਕੀ ਰਹੇਗੀ ਦੇਖੋ ਜਿੰਨਾ ਹਾਰਾਂ ਜਿਹੜੀਆਂ ਹੁੰਦੀਆਂ ਨੇ ਪਰ ਚੋਣ ਜਿਹੜੀ ਹੈ ਉਹ ਹਰ ਪਾਰਟੀ ਨੇ ਇੱਕ ਇੱਕ ਚੋਣ ਤਾਂ ਲੜਨੀ ਹੁੰਦੀ ਆ ਤੇ ਜਿਹੜੀ ਬਾਈ ਇਲੈਕਸ਼ਨ ਭਾਵੇਂ ਜਲੰਧਰ ਦੀ ਆ ਜਾਂ ਹੋਰ ਸੀਟਾਂ ਜਿਹੜੀਆਂ ਖਾਲੀ ਹੋ ਰਹੀਆਂ ਨੇ ਉਹਨਾਂ ਦੀ ਆ ਤੇ ਸ਼ਰਮਣੀ ਅਕਾਲੀ ਦਲ ਚੋਣ ਤਾਂ ਲੜੇਗੇ ਲੜੇਗੇ ਚੌਥੀ ਸਰਕਾਰ ਪੂਰੀ ਬਾਹ ਲਾਉਣ ਦੀ ਤਿਆਰੀ ਦੇ ਵਿੱਚ ਆ ਮੁੱਖ ਮੰਤਰੀ ਕਹਿੰਦੇ ਖੁਦ ਉੱਥੇ ਪੱਕਾ ਡੇਰਾ ਲਾ ਸਕਦੇ ਨੇ ਔਰ ਦੂਜੇ ਪਾਸੇ ਬੀਜੇਪੀ ਕਹਿੰਦੀ ਹੈ ਕੁਝ ਹੋ ਜੇ ਐ ਕਿ ਸੀਟ ਜਾਣ ਨਹੀਂ ਦਿੰਦੇ ਕਾਂਗਰਸ ਵਾਲੇ ਚੰਨੀ ਸਾਹਿਬ ਦੀ ਫਦੀ ਵੋਟ ਤੋਂ ਬੜੇ ਉਤਸ਼ਾਹਿਤ ਨੇ ਕੀ ਲੱਗਦਾ ਕੀ ਹਾਲਾਤ ਰਹਿਣਗੇ ਦੇਖੋ ਗੱਲ ਇਹ ਆ ਵੀ ਮੁੱਖ ਮੰਤਰੀ ਸਾਹਿਬ ਭਾਵੇਂ ਇੱਕ ਕੋਠੀ ਲੈ ਲੈਣ ਭਾਵੇਂ 10 ਕੋਠੀਆਂ ਲੈ ਲੈਣ ਇਹ ਪੰਜਾਬੀ ਦਾ ਗੀਤ ਹੈ ਨਾ ਨਹੀਂ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗੀਆ ਹੁਣ ਆ ਵਿਅੰਗਵਾਦੀ ਛੋਸ਼ੇਵਾਦੀ ਨਾਲ ਢਿੱਡ ਲੋਕਾਂ ਦੇ ਭਰ ਨਹੀਂ ਸਕਦੇ ਹੁਣ ਲੋਕਾਂ ਨੂੰ ਪਰਚਾਇਆ ਨਹੀਂ ਜਾ ਸਕਦਾ ਹੁਣੇ ਹੁਣ ਤਾਂ ਅੱਜ ਹੀ ਤਾਂ ਬਿਜਲੀ ਦੀਆਂ ਦਰਾਂ ਵਿੱਚ ਵਾਅਦਾ ਕਰਕੇ ਲੋਕਾਂ ਦੀਆਂ ਜੇਬਾਂ ਤੇ ਮਾਰੂ ਅਸਰ ਪਾ ਕੇ ਖਾਤਕਾਰ ਵੀ ਮਾਰਤੇ ਤੇ ਉਦਯੋਗਪਤੀ ਵੀ ਭਜਾਤੇ ਉਦਯੋਗਪਤੀ ਪਹਿਲਾਂ ਹੀ ਡਰੇ ਹੋਏ ਸੀ ਸਹਿਮੇ ਹੋਏ ਸੀ ਪੰਜਾਬ ਛੱਡ ਕੇ ਭਜ ਰਹੇ ਸੀ ਉਤੋਂ ਬਿਜਲੀ ਦੀਆਂ ਮਹਿੰਗੀਆਂ ਦਰਾਂ ਨਾਲ ਜਿਹੜੀ ਇੰਡਸਟਰੀ ਹੋਰ ਭਜੇਗੀ ਉਹਦੇ ਨਾਲ ਖਜ਼ਾਨੇ ਤੇ ਵੀ ਮਾਰੂ ਅਸਰ ਪਏਗਾ ਉਹਦੇ ਤੇ ਰੋਜ਼ਗਾਰ ਤੇ ਵੀ ਅਸਰ ਪਏਗਾ ਤੇ ਅਮਨ ਕਾਨੂੰਨ ਦੀ ਸਥਿਤੀ ਤੇ ਵੀ ਮਾੜਾ ਅਸਰ ਪਏਗਾ ਸੋ ਪੰਜਾਬ ਸਰਕਾਰ ਆਪਣੇ ਪੈਰਾਂ ਹੇਠ ਆਪ ਹੀ ਅੱਗ ਬਾਲੀ ਜਾ ਰਹੀ ਆ ਤੇ ਇਸ ਤਰ੍ਹਾਂ ਦੇ ਜਿਹੜੇ ਵਾਅਦੇ ਨੇ ਕੇਂਦਰ ਸਰਕਾਰ ਨੇ ਟੋਲ ਬਲਾਜੇ ਦੇ ਵਾਅਦਾ ਕਰਤਾ ਭਲਾ ਇਹ ਲੱਗ ਰਿਹਾ ਵੀ ਜਿਹੜੀਆਂ ਸਰਕਾਰਾਂ ਨੇ ਉਹ ਕਿਤੇ ਨਾ ਕਿਤੇ ਲੋਕਾਂ ਤੋਂ ਬਦਲਾ ਲੈਣ ਦੇ ਚੱਕਰ ਵਿੱਚ ਪੈ ਗਈਆਂ ਜਿਹੜਾ ਨਹੀਂ ਲੈਣਾ ਚਾਹੀਦਾ ਔਰ ਚੋਣਾ ਤੋਂ ਤੁਰਤ ਬਾਅਦ ਇਸ ਤਰ੍ਹਾਂ ਦੇ ਵਾਅਦੇ ਜਿਹੜੇ ਨੇ ਲੋਕਾਂ ਦਾ ਧੋਖਾ ਲੱਗਦਾ ਅੱਛਾ ਇੱਕ ਵਾਰੀ ਫੇਰ ਤੋਂ ਮਰਨੀਤ ਬਿੱਟੂ ਤੋਂ ਵਾਲੇ ਸਵਾਲ ਤੇ ਆਉਣਾ ਚਾਹੂੰਗਾ ਮਰਨੀਤ ਬਿੱਟੂ ਨੇ ਇੱਕ ਹੋਰ ਵੱਡਾ ਦਾਵਾ ਕਰਤਾ ਕਿਸਾਨਾਂ ਨੇ ਉਹ ਕਹਿੰਦੇ ਸਾਡਾ ਟਿਕਾ ਕੇ ਵਿਰੋਧ ਕੀਤਾ ਸਾਡੇ ਉਹਾਂ ਦੇ ਬੂਥਰੀ ਲੱਗਣ ਦਿੱਤੇ ਪਰ ਕਿਉਂਕਿ ਕਹਿੰਦੇ ਕਿ ਜਦੋਂ ਚੀਜ਼ਾਂ ਨਿਬੜ ਜਾਣ ਚੋਣਾਂ ਨਿਬੜ ਗਈਆਂ ਤਾਂ ਮਸਲੇ ਨਿਬੇੜਨੇ ਚਾਹੀਦੇ ਉਹ ਕਹਿੰਦੇ ਮੈਂ ਪਹਿਲਾਂ ਵੀ ਕਿਸਾਨਾਂ ਦੇ ਅੱਕ ਦੇ ਵਿੱਚ ਬੈਠਾ ਰਿਆ ਕੱਲਾ ਧਰਨੇ ਤੇ ਉਹ ਕਹਿੰਦੇ ਨੇ ਕਿ ਹੁਣ ਕਿਸਾਨਾਂ ਦਾ ਮੈਂ ਸਾਂਝਾ ਬੰਦਾ ਬਣ ਕੇ ਜਾਊਂਗਾ ਕਿਸਾਨਾਂ ਨਾਲ ਹੀ ਮੀਟਿੰਗ ਕਰੂੰਗਾ ਕੇਂਦਰ ਨਾਲ ਹੀ ਮੀਟਿੰਗ ਕਰੂੰਗਾ ਹੱਥ 'ਚ ਪਾਵਰ ਵੀ ਹੈਗੀ ਸ਼ਕਤੀ ਵੀ ਹੈ ਹੋਰ ਬਣੀ ਵੀ ਟੁਕੜੇ ਉਹ ਕਹਿੰਦੇ ਨੇ ਕਿ ਕਿਸਾਨਾਂ ਦਾ ਮਸਲਾ ਵੀ ਜਲਦੀ ਨਿਬੇੜਾਂਗੇ ਕਿਉਂਕਿ ਕਿਸਾਨ ਸਾਡੇ ਆਪ ਦੇ ਆ ਇਸ ਮਸਲੇ ਨੂੰ ਕਿਵੇਂ ਦੇਖਦੇ ਇਹ ਵੀ ਚੰਗੀ ਗੱਲ ਆ ਜੇ ਕਿਸਾਨਾਂ ਦਾ ਮਸਲਾ ਨਿਬੇੜਨ ਅਸੀਂ ਅਸੀਂ ਕਹਿੰਦੇ ਵੈਲਕਮ ਕਰਾਂਗੇ ਅਸੀਂ ਤਾਂ ਕਿਉਂਕਿ ਕਿਸਾਨ ਬੜੇ ਲੰਮੇ ਸਮੇਂ ਤੋਂ ਸੰਘਰਸ਼ ਦੇ ਵਿੱਚ ਪਏ ਹੋਏ ਨੇ ਜੇ ਸਰਬਨੀ ਸਿੰਘ ਬਿੱਟੂ ਹੋਰੀ ਜਿੰਮੇਵਾਰੀ ਲੈਂਦੇ ਨੇ ਕਿਸਾਨਾਂ ਦਾ ਮਸਲਾ ਹੱਲ ਕਰਾਉਣ ਦੀ ਤਾਂ ਬਹੁਤ ਚੰਗੀ ਗੱਲ ਹੋਏਗੀ ਇਹੀ ਤਾਂ ਸਰਕਾਰਾਂ ਤੇ ਲੋਕ ਆਸ ਕਰਦੇ ਨੇ ਇਹੀ ਤਾਂ ਮੰਤਰੀਆਂ ਦੀ ਜ਼ਿੰਮੇਵਾਰੀ ਬਣਦੀ ਆ ਜੋ ਜ਼ਿੰਮੇਵਾਰੀ ਮੰਤਰੀ ਨਿਭਾਉਣ ਤਾਂ ਚੰਗੀ ਗੱਲ ਆ ਭਾਵੇਂ ਰਾਜਸੀ ਵਿਰੋਧੀ ਨੇ ਉਹ ਸਾਡੇ ਪਰ ਆਸੀ ਵਿਰੋਧੀ ਜੇ ਚੰਗਾ ਕਦਮ ਚੱਕੇਗਾ ਤਾਂ ਅਸੀਂ ਉਹਦੀ ਸਲਾਹਗਾ ਕਰਾਂਗੇ ਕਿਉਂਕਿ ਖਾਸ ਤੌਰ ਤੇ ਕਿਸਾਨੀ ਜਿਹੜੀ ਆ 탑 ਦੀ ਗਰਮੀ ਦੇ ਵਿੱਚ ਹੁਣ ਸੜਕਾਂ ਤੇ ਬੈਠਣਾ ਕਿਤੇ ਸੌਖੀ ਗੱਲ ਤੇ ਧਰਨਿਆਂ ਤੇ ਬੈਠੇ ਨੇ ਲੋਕ ਮੁਜ਼ਾਰੇ ਕਰ ਰਹੇ ਨੇ ਲੋਕ ਮਤਲਬ ਆਪਣੇ ਹੱਕ ਮੰਗਣ ਲਈ ਸੜਕਾਂ ਤੇ ਆਉਣਾ ਪੈ ਰਿਹਾ ਕਿਸਾਨਾਂ ਨੂੰ ਤੇ ਜੇ ਕਿਸਾਨੀ ਦਾ ਮਸਲਾ ਮਨ ਲਾਹੀ ਕੇਵਲੀ ਸੁਲਝਾਣ ਦੇ ਵਿੱਚ ਰਵਨੀਤ ਬਿੱਟੂ ਹੁਣੇ ਰੋਲ ਅਦਾ ਕਰਨਗੇ ਤਾਂ ਚੰਗੀ ਗੱਲ ਆ ਔਰ ਕਰਨਾ ਚਾਹੀਦਾ ਅੱਛਾ ਇੱਕ ਅਕਸਰ ਸਿਆਣੇ ਕਹਿੰਦੇ ਕਿ ਜਦੋਂ ਜ਼ਿੰਮੇਵਾਰੀ ਪੈਜੇ ਨਾ ਤਾਂ ਉਦੋਂ ਸਿਆਣਾ ਵੀ ਹੋ ਜਾਣਾ ਚਾਹੀਦਾ ਜਦੋਂ ਸ਼ਕਤੀ ਆ ਜਾਏ ਉਦੋਂ ਛੋਟੇ-ਮੋਟੇ ਰੌਲੇ ਨਿਬੇੜਦਨੇ ਚਾਹੀਦੇ ਆ ਤੇ ਬੰਦਾ ਸੁਲਝਾ ਸਾਬਤ ਹੋ ਜਾਂਦਾ ਰਵਨੀਤ ਬਿੱਟੂ ਜਿਸ ਤਰ੍ਹਾਂ ਦਾ ਹੁਣ ਬਿਹੇਵ ਕਰ ਰਹੇ ਨੇ ਜਿਸ ਤਰ੍ਹਾਂ ਬੰਦੀ ਸਿੰਘਾਂ ਦੇ ਮਾਮਲੇ 'ਚ ਉਹਨਾਂ ਨੇ ਆਪ ਦਾ ਦਿਲ ਵੱਡਾ ਕਰ ਲਿਆ ਹਮੇਸ਼ਾ ਤੋਂ ਖਲਾਫ ਬੋਲਦੇ ਰਹੇ ਕਿਸਾਨੀ ਮਸਲਾ ਤਾਂ ਰਵਨੀਤ ਬਿੱਟੂ ਦੇ ਵਿੱਚ ਆਇਆ ਇਸ ਵੱਡੇ ਪਰਵਰਤਨ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਕਿ ਤੁਹਾਨੂੰ ਲੱਗਦਾ ਕਿ ਅੱਜ ਰਵਨੀਤ ਬਿੱਟੂ ਬੇਸ਼ੱਕ ਕਾਫੀ ਵੱਡੇ ਲੀਡਰਾਂ ਤੋਂ ਛੋਟਾ ਹੋਵੇ ਪਰ ਉਸ ਤੋਂ ਅੱਜ ਸਿੱਖਣ ਦੀ ਵੀ ਲੋੜ ਪੈ ਰਹੀ ਹੈ ਨੇ ਕੁਦਰਤੀ ਤੌਰ ਤੇ ਤਾਂ ਇਹ ਤਾਂ ਸਮਾ ਸਾਡਾ ਸਾਡਾ ਇਤਿਹਾਸ ਕਹਿੰਦਾ ਸਾਡੀ ਵਿਰਾਸਤ ਕਹਿੰਦੀ ਆ ਵੀ ਜੇ ਬੰਦਾ ਲੋਕਾਂ ਦੀ ਦਿੱਤੀ ਸ਼ਕਤੀ ਲੋਕਾਂ ਦੇ ਸੇਵਾ ਲਈ ਵਰਤੇ ਤਾਂ ਲੋਕ ਉਹਦੀ ਸਲਾਹਾ ਕਰਦੇ ਨੇ ਸੋ ਅੱਜ ਜੇ ਮਤਲ ਉਹਨਾਂ ਨੂੰ ਸ਼ਕਤੀ ਮਿਲੀ ਆ ਮਤਲ ਭਾਰਤੀ ਜਨਤਾ ਪਾਰਟੀ ਨੇ ਤੇ ਜੇ ਉਹ ਉਸ ਪਾਰਟੀ ਤੋਂ ਜਿੱਤ ਉਹਨਾਂ ਨੇ ਬਜਾਰਤ ਮਿਲੀ ਆ ਉਸ ਪਾਰਟੀ ਤੋਂ ਕਿਸਾਨਾਂ ਦੇ ਪੰਜਾਬ ਦੇ ਬੰਦੀ ਸਿੱਖਾਂ ਦੇ ਮਸਲੇ ਜਿਹੜੇ ਹੱਲ ਕਰੋਣ ਤਾ ਚੰਗੀ ਗੱਲ ਆ ਇਹ ਮਤਲਬ ਸਾਡੀ ਜ਼ਿੰਮੇਵਾਰੀ ਬਣਦੀ ਆ ਤੇ ਜ਼ਿੰਮੇਵਾਰੀ ਜੇ ਲੋਕਾਂ ਲਈ ਨਿਭਾਈ ਜਾਵੇ ਤਾਂ ਉਹਦੀ ਸ਼ਲਾਘਾ ਬਣਦੀ ਆ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਹਰਾ ਬੇਸ਼ੱਕ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਪਰ ਕਹਿੰਦੇ ਨੇ ਕਿ ਜੇ ਕੋਈ ਚੰਗਾ ਕੰਮ ਕਰਦਾ ਤਾਂ ਉਹਦੀ ਸ਼ਲਾਘਾ ਬਣਦੀ ਆ ਤਾਂ ਰਵਨੀਤ ਬਿੱਟੂ ਦੇ ਵੱਲੋਂ ਬੰਦੀ ਸਿੰਘਾਂ ਦੇ ਮਸਲੇ ਨੂੰ ਲੈ ਕੇ ਅਮਰਤਪਾਲ ਦੇ ਮਸਲੇ ਨੂੰ ਲੈ ਕੇ ਤੇ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਦਿੱਤੇ ਬਿਆਨ ਤੇ ਕਾਫੀ ਤਾਰੀਫ ਵੀ ਕਰ ਰਹੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਇਰ ਹਣੀ ਪਰ ਨਾਲ ਹੀ ਕਹਿੰਦੇ ਨੇ ਕਿ ਅਕਾਲੀ ਦਲ ਦੇ ਜਿਹੜੇ ਹਾਲਾਤ ਨੇ ਇਹਦੇ ਤੇ ਮੰਤਨ ਕਰਨਾ ਪੈਣਾ ਔਰ ਕਰਨਾ ਲਾਜ਼ਮੀ ਵੀ ਹੈ ਪਰ ਇੱਕ ਆਪਣੀ ਹੀ ਪਾਰਟੀ ਦੇ ਵੱਲੋਂ ਇੱਕ ਜਾਰੀ ਕੀਤੇ ਗਏ ਪ੍ਰੈਸ ਬਿਆਨ ਤੇ ਵੀ ਸਵਾਲ ਚੁੱਕ ਦਿੱਤਾ ਹੈ ਕਹਿੰਦੇ ਨੇ ਕਿ ਐਸਾ ਕੋਈ ਮਤਾ ਨਹੀਂ ਪਾਇਆ ਗਿਆ ਕਿ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਅਸੀਂ ਹੋਏ ਜੀ ਕਹਿੰਦੇ ਨੇ ਕਿ ਐਸਾ ਕੋਈ ਮਤਾ ਨਹੀਂ ਪਾਇਆ ਗਿਆ ਭਰੋਸੇ ਕੀ ਮਤਾ ਨਹੀਂ ਪਾਇਆ ਗਿਆ ਜਿਸ ਦਾ ਇਤਰਾਜ਼ ਵੀ ਜਲਦੀ ਪ੍ਰਧਾਨ ਦੇ ਕੋਲ ਚੁੱਕਣ ਜਾ ਰਹੇ ਨੇ ਪ੍ਰੇਮ ਸਿੰਘ ਚੰਧੂ ਮਾਇਰਾ ਹੋਣੀ ਕੈਮਰਾਮੈਨ ਸਿਕੰਦਰ ਸਿੰਘ ਢਾਲੀਵਾਲ ਦੇ ਨਾਲ ਨੁਪਿੰਦਰ ਸਿੰਘ ਬਰਾੜ న్యూਸ 18 ਮੁਹਾਲੀ